ਸਾਥੀਓ ਸਤਿ ਸ੍ਰੀ ਅਕਾਲ ਮੈਂ ਉਦਮ ਸਿੰਘ ਉਦੇ ਹਿਸਟਰੀ ਤੋਂ ਸਾਥੀਓ ਅੱਜ ਆਪਾਂ ਸ੍ਰੀ ਗੁਰੂ ਹਰ राय ਸਾਹਿਬ ਜੀ ਬਾਰੇ ਪੜਾਂਗੇ ਜਿਨ੍ਹਾਂ ਦਾ ਜਨਮ 1630 ਦੇ ਵਿੱਚ ਹੁੰਦਾ ਤੇ 1664 ਈਸਵੀ ਦੇ ਵਿੱਚ ਗੁਰੂ ਹਰ राय ਸਾਹਿਬ ਜੀ ਜੋਤੀ ਜੋਤ ਸਮਾ ਜਾਂਦੇ ਨੇ ਸਾਥੀਓ ਗੁਰੂ ਹਰ राय ਸਾਹਿਬ ਜੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੰਸ਼ ਵਿੱਚੋਂ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਿੰਨ ਵਿਆਹ ਆਪਾਂ ਪਿਛਲੇ ਲੈਕਚਰ ਦੇ ਵਿੱਚ ਕਰ ਚੁੱਕੇ ਆਂ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਦਮੋਦਰੀ ਜੀ ਦੇ ਵਿਆਹ ਤੋਂ ਮਾਤਾ ਦਮੋਦਰੀ ਜੀ ਦੀ ਕੁੱਖੋਂ ਬਾਬਾ ਗਰਦਿੱਤਾ ਜੀ ਤੇ ਮਾਤਾ ਵੀਰੋ ਜੀ ਦਾ ਜਨਮ ਹੁੰਦਾ ਹੈ ਤੇ ਫਿਰ ਬਾਬਾ ਗਰਦਿੱਤਾ ਜੀ ਦਾ ਵਿਆਹ ਮਾਤਾ ਨਿਹਾਲ ਕੌਰ ਨਾਲ ਹੁੰਦਾ ਹੈ ਇਹਨਾਂ ਦੇ ਘਰ ਦੋ ਪੁੱਤਰਾਂ ਦਾ ਜਨਮ ਹੁੰਦਾ ਹੈ ਧੀਰਮਲ ਜਿਨ੍ਹਾਂ ਨੂੰ ਕਿ ਧੀਰਮੱਲੀ ਵੀ ਕਿਹਾ ਜਾਂਦਾ ਹੈ ਤੇ ਸ਼੍ਰੀ ਗੁਰੂ ਹਰ राय ਸਾਹਿਬ ਜੀ ਸ਼੍ਰੀ ਗੁਰੂ ਹਰ राय ਸਾਹਿਬ ਜੀ ਦਾ ਜਨਮ 30 ਜਨਵਰੀ 1630 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੁੰਦਾ ਆ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਗੱਦੀ ਦਾ ਵਾਰਸ ਸ਼੍ਰੀ ਗੁਰੂ ਹਰ राय ਸਾਹਿਬ ਨੂੰ ਚੁਣਦੇ ਨੇ ਤੇ ਇਹਨਾਂ ਦੀ ਤਿਲਕ ਦਾ ਰਸਮ ਸ਼੍ਰੀ ਗੁਰੂ ਹਰ राय ਸਾਹਿਬ ਜੀ ਨੂੰ ਜਦੋਂ ਗੱਡੀ ਤੇ ਬਿਠਾਇਆ ਜਾਂਦਾ ਤਾਂ ਇਹਨਾਂ ਤੇ ਤਿਲਕ ਭਾਈ ਪਾਵਾ ਜੀ ਲਾਉਂਦੇ ਨੇ ਜੋ ਕਿ ਭਾਈ ਬੁੱਢਾ ਜੀ ਦੇ ਸੁਪੁੱਤਰ ਸਨ ਤੇ ਸਾਥੀਓ ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸਦੀ ਏ ਕਿ ਸ਼੍ਰੀ ਗੁਰੂ ਹਰਾਈ ਰਾਏ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੁੰਦਾ ਹੈ ਇਹਨਾਂ ਦੇ ਘਰੇ ਦੋ ਪੁੱਤਰਾਂ ਦਾ ਜਨਮ ਹੁੰਦਾ RAM ਰਾਏ ਤੇ ਹਰਕ੍ਰਿਸ਼ਨ ਜੀ ਇਸ ਤੋਂ ਬਿਨਾ ਸਾਥੀਓ ਇਹਨਾਂ ਦੇ ਜੀਵਨ ਵਾਲੇ ਇੱਕ ਕਟਣਾ ਬਹੁਤ ਜ਼ਿਆਦਾ ਮਹੱਤਵਪੂਰਨ ਸਬੰਧ ਰੱਖਦੀ ਆ ਜਿਸ ਨੂੰ ਕੇ ਫੂਲ ਦਾ ਵਰਦਾਨ ਕਿਹਾ ਜਾਂਦਾ ਹੈ ਜਦੋਂ ਗੁਰੂ ਜੀ ਮਾਲਵਾ ਪ੍ਰਦੇਸ਼ ਦੀ ਯਾਤਰਾ ਤੇ ਸੀ ਤਾਂ ਨਥਾਣਾ ਸਥਾਨ ਵਿਖੇ ਠਹਿਰਦੇ ਨੇ ਇੱਥੇ ਆਪ ਨੂੰ ਆਪ ਦੇ ਦੋਸਤ ਗੁਰਸਿੱਖ ਮਿਲਣ ਆਉਂਦੇ ਨੇ ਕਾਲਾ ਅਤੇ ਕਰਮਚੰਦ ਜਦੋਂ ਕਾਲਾ ਤੇ ਕਰਮਚੰਦ ਗੁਰੂ ਜੀ ਨੂੰ ਮਿਲਣ ਆਉਂਦੇ ਨੇ ਤਾਂ ਇਹ ਆਪਣੇ ਨਾਲ ਕਾਲਾ ਦੋ ਭਤੀਜਿਆਂ ਨੂੰ ਲੈ ਕੇ ਆਉਂਦਾ ਜਿਨ੍ਹਾਂ ਦੇ ਨਾਂ ਸੰਦਲੀ ਅਤੇ ਫੂਲ ਸਨ ਫੂਲ ਛੋਟਾ ਹੋਣ ਕਰਕੇ ਬੋਲਦਾ ਨਹੀਂ ਸੀ ਪਰ ਆਪਣੇ ਢਿੱਡ ਉੱਤੇ ਹੱਥ ਫੇਰ ਕੇ ਆਪਣੇ ਚਾਚੇ ਕਾਲੇ ਤੋਂ ਖਾਣ ਲਈ ਕੁਝ ਮੰਗਦਾ ਆ ਤਾਂ ਗੁਰੂ ਹਰ Rai ਸਾਹਿਬ ਜੀ ਪੁੱਛਦੇ ਨੇ ਕਿ ਇਹ ਬੱਚਾ ਕੀ ਕਹਿਣਾ ਚਾਹ ਰਿਹਾ ਤਾਂ ਫੂਲ ਜੋ ਉਸ ਸਮੇਂ ਦੱਸਣਾ ਚਾਹੁੰਦਾ ਸੀ ਉਸ ਨੂੰ ਉਸ ਦਾ ਚਾਚਾ ਕਾਲਾ ਬੋਲ ਕੇ ਦਾਦਾ ਕੇ ਇਸ ਨੂੰ ਭੁੱਖ ਲੱਗੀ ਹੈ ਤੇ ਇਹ ਖਾਣ ਲਈ ਕੁਝ ਮੰਗ ਰਿਹਾ ਹੈ ਗੁਰੂ ਜੀ ਇਸ ਨਿਆਣੇ ਤੇ ਬਹੁਤ ਜ਼ਿਆਦਾ ਦਿਆਲੂ ਹੋ ਕੇ ਉਸ ਨੂੰ ਵਰਦਾਨ ਦਿੰਦੇ ਨੇ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਸ ਦਾ ਵੰਸ਼ ਬਹੁਤ ਜ਼ਿਆਦਾ ਤਰੱਕੀ ਕਰੇਗਾ ਇਸ ਦੇ ਬੱਚਿਆਂ ਦੇ ਘੋੜੇ ਇਸ ਦੇ ਵੰਸ਼ ਦੇ ਘੋੜੇ ਜਮਣਾ ਤੱਕ ਪਾਣੀ ਪੀਣਗੇ ਤੇ ਸਾਥਿਓ ਇਹ ਵਰਦਾਨ ਸਾਬਿਤ ਵੀ ਹੁੰਦਾ ਆ ਅੱਗੇ ਚੱਲ ਕੇ ਫੂਲ ਦੇ ਔਲਾਦ ਜੀਂਦ ਪਟਿਆਲਾ ਨਾਭਾ ਦੇ ਸਰਦਾਰ ਬਣਦੇ ਨੇ ਜਿਸ ਨੂੰ ਕਿ ਫੂਲ ਕੇ ਸਰਦਾਰ ਕਿਹਾ ਜਾਂਦਾ ਹੈ ਤੇ ਇਹਨਾਂ ਦੇ ਜੀਵਨ ਦੀ ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਘਟਨਾ ਹੈ ਦਾਰਾ ਸ਼ਿਕੋਹ ਨਾਲ ਮਿੱਤਰਤਾ ਦਾਰਾ ਸ਼ਿਕੋਹ ਸ਼ਾਹ ਜਹਾਂ ਦਾ ਜੇਠਾ ਪੁੱਤਰ ਸੀ ਬਹੁਤ ਹੀ ਜ਼ਿਆਦਾ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਸੀ ਬਹੁਤ ਹੀ ਉਦਾਰ ਵਿਅਕਤੀ ਸੀ ਸ਼ਾਹ ਜਹਾਂ ਦੀ ਮੌਤ ਤੋਂ ਬਾਅਦ ਪੁੱਤਰਾਂ ਦੇ ਵਿਚਕਾਰ ਉੱਤਰੀ ਅਧਿਕਾਰੀ ਜੁੱਧ ਹੁੰਦਾ ਹੈ ਜ ਜਿਹਨੂੰ ਕਿ ਅੱਗੇ ਚੱਲ ਕੇ ਔਰੰਗਜ਼ੇਬ ਜਿੱਤ ਲੈਂਦਾ ਹੈ। ਸ਼ਾਮੂਗੜ੍ਹ ਜੁੱਧ ਦੇ ਦੌਰਾਨ ਦਾਰਾਸ਼ਕੋ ਕਿਵੇਂ ਨਾ ਕਿਵੇਂ ਜਾਨ ਬਚਾ ਕੇ ਗੁਰੂ ਹਰ Rai ਸਾਹਿਬ ਜੀ ਨੂੰ ਮਿਲਦਾ ਹੈ। ਤੇ ਹਰ Rai ਸਾਹਿਬ ਜੀ ਇਸ ਨੂੰ ਆਸ਼ੀਰਵਾਦ ਦਿੰਦੇ ਨੇ। ਤੇ ਫਿਰ ਸਾਥੀਓ ਜਦੋਂ ਇਹ ਘਟਨਾ ਵਾਪਰ ਜਾਂਦੀ ਆ ਤਾਂ ਉਸ ਤੋਂ ਬਾਅਦ ਔਰੰਗਜੇਬ ਗੁਰੂ ਜੀ ਨੂੰ ਦਿੱਲੀ ਸੱਦਾ ਦਿੰਦਾ ਆ ਔਰੰਗਜੇਬ ਦਾ ਗੁਰੂ ਜੀ ਨੂੰ ਦਿੱਲੀ ਸੱਦਣਾ ਦੋ ਕਾਰਨਾ ਕਰਕੇ ਜਾਣਿਆ ਜਾਂਦਾ ਇੱਕ ਤਾਂ ਔਰੰਗਜੇਬ ਨੂੰ ਕਿਸੇ ਨੇ ਇਹ ਦੱਸਿਆ ਕਿ ਸਿੱਖਾਂ ਦਾ ਜੋ ਧਾਰਮਿਕ ਗ੍ਰੰਥ ਹੈ ਉਸ ਦੇ ਵਿੱਚ ਮੁਸਲਮਾਨਾਂ ਬਾਰੇ ਬਹੁਤ ਗਲਤ ਲਿਖਿਆ ਹੋਇਆ ਹੈ ਦੂਸਰਾ ਔਰੰਗਜੇਬ ਗੁਰੂ ਜੀ ਤੋਂ ਇਹ ਸਾਫ਼ ਕਰਨਾ ਚਾਹੁੰਦਾ ਸੀ ਕਿ ਤੁਸੀਂ ਧਾਰੇ ਦੀ ਮਦਦ ਕਿਉਂ ਕੀਤੀ ਗੁਰੂ ਜੀ ਆਪ ਦਿੱਲੀ ਨਾ ਜਾ ਕੇ ਆਪਣੇ ਪੁੱਤਰ RAM RAJ ਅਤੇ HAR KRISHAN ਦੇ ਵਿੱਚੋਂ RAM RAJ ਨੂੰ ਦਿੱਲੀ ਭੇਜਦੇ ਨੇ ਤੇ ਉੱਥੇ ਸਾਥੀਓ ਗੱਲ ਇਹ ਹੁੰਦੀ ਹੈ ਜਦੋਂ RAM RAJ ਦਿੱਲੀ ਦਰਬਾਰ ਦੇ ਵਿੱਚ ਜਾਂਦਾ ਆ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਜੋ ਤੁਕਾਂ ਔਰੰਗਜ਼ੇ ਪੁੱਛਦਾ ਆ ਉਹਨਾਂ ਦੀ ਵਿਆਖਿਆ ਗਲਤ ਕਰ ਆਉਂਦਾ ਜਦੋਂ ਇਹ ਖਬਰ ਗੁਰੂ ਹਰ राय ਸਾਹਿਬ ਜੀ ਨੂੰ ਮਿਲਦੀ ਹੈ ਤਾਂ ਉਹ RAM RAJ ਤੋਂ ਗੁੱਸੇ ਹੋ ਜਾਂਦੇ ਨੇ ਖਫਾ ਹੋ ਜਾਂਦੇ ਨੇ ਤੇ ਇਸੇ ਕਰਕੇ ਇਹ ਗੁਰੂ ਜੀ ਆਪਣੇ ਵੱਡੇ ਪੁੱਤਰ ਨੂੰ ਗੱਦੀ ਨਾ ਦੇ ਕੇ ਆਪਣੇ 5 ਸਾਲ 3 ਮਹੀਨੇ ਦੇ ਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਗੱਦੀ ਦੇ ਦਿੰਦੇ ਨੇ ਤੇ ਗੁਰੂ ਜੀ 6 ਅਕਤੂਬਰ 1661 ਈਸਵੀ ਨੂੰ ਜੋਤੀ ਜੋਤ ਸਮਾ ਗ ਜਾਂਦੇ ਨੇ। ਸਾਥੀਓ, ਅੱਜ ਆਪਾਂ ਆਪਣਾ ਅੱਜ ਦਾ ਟੌਪਿਕ ਸ੍ਰੀ ਗੁਰੂ ਹਰ राय ਸਾਹਿਬ ਜੀ। ਹੁਣ ਆਪਾਂ ਗੁਰੂ ਹਰ राय ਸਾਹਿਬ ਜੀ ਬਾਰੇ ਕੁਝ ਪ੍ਰਸ਼ਨਾਂ ਤੇ ਗੱਲ ਕਰਦੇ ਆਂ। ਪ੍ਰਸ਼ਨ ਗੁਰੂ ਹਰ राय ਜੀ ਕਿਸ ਗੁਰੂ ਦੇ ਪੁੱਤਰ ਸੀ? ਸਾਥੀਓ, ਗੁਰੂ ਹਰ राय ਸਾਹਿਬ ਜੀ ਕਿਸ ਗੁਰੂ ਦੇ ਪੁੱਤਰ ਨਾ ਹੋ ਕੇ ਆਪਾਂ ਵੰਸ਼ ਕਹਿ ਸਕਦੇ ਹਾਂ ਕਿਉਂਕਿ ਗੁਰੂ ਹਰ राय ਜੀ ਕਿਸ ਗੁਰੂ ਸਹਿਬਾਨ ਦੇ ਵੰਸ਼ ਵਿੱਚੋਂ ਸਨ ਆਪ ਦਾ ਜਨਮ ਕਿੱਥੇ ਹੋਇਆ ਸੀ ਗੁਰੂ ਜੀ ਕਿਸ ਨੂੰ ਵਰਦਾਨ ਦਿੰਦੇ ਹਨ ਦਿੱਲੀ ਗੁਰੂ ਜੀ ਕਿਸ ਨੂੰ ਭੇਜਦੇ ਹਨ ਗੁਰੂ ਜੀ ਦੀ ਗੱਦੀ ਪ੍ਰਾਪਤੀ ਸਮੇਂ ਉਮਰ ਕਿੰਨੀ ਸੀ ਸਾਥੀਓ ਸਤਿ ਸ਼੍ਰੀ ਅਕਾਲ ਧੰਨਵਾਦ